ਸ਼ਿਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣੇ ਨਿਮਰਤ ਪ੍ਰਤਾਪ ਸਿੰਘ ਤੇ ਵੈਲਕਮ ਬੈਕ ਟੂ ਦਾ ਨਿਊ ਸੀਰੀਜ਼ ਆਫ ਵਲੌਗਸ ਤੇ ਅੱਜ ਆਪਾਂ ਇੱਕ ਨਵੀਂ ਸੀਰੀਜ਼ ਸ਼ੁਰੂ ਕਰ ਰਹੇ ਹਾਂ ਸੀਰੀਜ਼ ਯਾਤਰਾ ਹੈ ਮੇਰੇ ਘਰ ਤੋਂ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਅੰਮ੍ਰਿਤਸਰ ਤੋਂ ਬਾਅਦ ਸ਼ਾਮੀ ਡੇਰਾ ਬਾਬਾ ਨਾਨਕ ਤੱਕ ਡੇਰਾ ਬਾਬਾ ਨਾਨਕ ਤੋਂ ਬਾਅਦ ਸਵੇਰੇ ਉੱਠ ਕੇ ਗੁਰੂ ਨਾਨਕ ਦੇਵ ਜੀ ਦੇ ਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਆਪਾਂ ਤੇ ਹਾਂਜੀ ਇੱਧਰ ਤੁਸੀਂ ਦੇਖੋਗੇ ਸਾਡੀ ਕਿਊਟੂ ਬੇਲਾ ਵੀ ਤਿਆਰ ਹੈ ਪਰ ਇੱਕ ਚੀਜ਼ ਬੇਲਾ ਨੇ ਸਾਡੇ ਨਾਲ ਤਾਂ ਜਾਣਾ ਨਹੀਂ ਪਰ ਬੇਲਾ ਨੇ ਮੰਮੀ ਨੇ ਪੂਰਾ ਤਿਆਰ ਕਰਤਾ ਨਾਲ ਹੀ ਸਮਾਨ ਵੀ ਤਿਆਰ ਹੈ ਤੇ ਇੱਧਰ ਪਾਪਾ ਹੀ ਤਿਆਰ ਨਹੀਂ ਹੈ ਨਾ ਮੰਮਾ ਤਿਆਰ ਹੈ ਮੰਮਾ ਮੰਮਾ ਤੇ ਪਾਪਾ ਤਾਂ ਵੈਸੇ ਹੀ ਤਿਆਰ ਨਹੀਂ ਹੁੰਦੇ ਮੈਂ ਇਕੱਲਾ ਹੀ ਐਵੇਂ ਸਵੇਰ ਦਾ ਤਿਆਰ ਹੋ ਕੇ ਬੈਠਾ ਤੁਸੀਂ ਇਹ ਦੱਸ ਦਿਓ ਮੇਰੀ ਪੱਗ ਸੋਹਣੀ ਲੱਗ ਰਹੀ ਹੈ ਕਿ ਨਹੀਂ ਇਹ ਮੇਰਾ ਡਰੈਸ ਕੋਡ ਤੇ ਹਾਂਜੀ ਮੰਮਾ ਤਾਂ ਚਲੋ ਆਹ ਸਮਾਨ ਤਿਆਰ ਹੈ ਬਸ ਗੱਡੀ 'ਚ ਰੱਖਣਾ ਤੇ ਉਸ ਤੋਂ ਬਾਅਦ ਨਿਕਲਣਾ ਫਿਰ ਚਲੋ ਰੱਖਦੇ ਹਾਂ ਗੱਡੀ 'ਚ ਅਤੇ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਆਪਣੇ ਵਲੌਗਸ ਦੇ ਨਾਲ ਤੁਹਾਨੂੰ ਹਰ ਜਗ੍ਹਾ ਦੇ ਦਰਸ਼ਨ ਕਰਾ ਸਕਾਂ ਬਸ ਤੁਹਾਡੇ ਸਪੋਰਟ ਦੀ ਨੀਡ ਹੈ ਤੁਸੀਂ ਨਾਲ ਨਾਲ ਰਹੋ ਅਤੇ ਚਲੋ ਫਿਰ ਗੱਡੀ ਸਮਾਨ ਰੱਖਦੇ ਹਾਂ ਤਾਂ ਲੈਟਸ ਗੋ ਅਤੇ ਰਾਣੀ ਸਾਡੀ ਤਿਆਰ ਹੈ ਸਮਾਨ ਆਪਾਂ ਵਿੱਚ ਰੱਖ ਲਿਆ ਅਤੇ ਬਸ ਹੁਣ ਬਹਿਣਾ ਪਹਿਲਾਂ ਨੂੰ ਛੱਡਣਾ ਅਤੇ ਫਿਰ ਨਿਕਲਣਾ ਆਪਣੀ ਯਾਤਰਾ ਸ਼ੁਰੂ ਕਰਨੀ ਹੈ ਅਤੇ ਮਤਲਬ ਮਜ਼ਾ ਪੂਰਾ ਆਉਣ ਵਾਲਾ ਮਤਲਬ ਇੱਧਰੋਂ ਆਪਾਂ ਜਾ ਰਹੇ ਹਾਂ ਅਤੇ ਸ਼ਾਹਬਾਦ ਤੋਂ ਜਾਂ ਦੁਬਾਰਾ ਖਾਲਸਾ ਮਾਮੂ ਜੁਆਇਨ ਕਰਦੇ ਦਿਖਣਗੇ ਅਤੇ ਉੱਧਰੋਂ ਹੀ ਫਿਰ ਸੰਨੀ ਮਾਮੂ ਵੀ ਤੁਹਾਨੂੰ ਦਿਖਣਗੇ ਜੋ ਸਾਨੂੰ ਕੁੱਲੂ ਤੋਂ ਮਿਲਣਗੇ ਸੰਨੀ ਮਾਮੂ ਨੂੰ ਤਾਂ ਆਪਾਂ ਪਹਿਲਾਂ ਮਿਲਾਂਗੇ ਉਹਨਾਂ ਨੂੰ ਆਪਾਂ ਮਿਲਾਂਗੇ ਅੰਮ੍ਰਿਤਸਰ ਜਾ ਕੇ ਅਤੇ ਖਾਲਸਾ ਮਾਮੂ ਤੁਹਾਨੂੰ ਸਿੱਧਾ ਡੇਰਾ ਬਾਬਾ ਨਾਨਕ ਕਿ ਮੋਨਸਟਰ ਵੀ ਗ੍ਰੀਨ ਕੱਪੜੇ ਵੀ ਗ੍ਰੀਨ ਸ਼ੂਜ਼ ਗ੍ਰੀਨ ਮਤਲਬ ਆਹ ਦੇਖੋ ਮਤਲਬ ਪੂਰੀ ਮੈਚਿੰਗ ਹੋ ਗਈ ਹੈ ਤਿਆਰ ਅਤੇ ਗ੍ਰੀਨ ਨੇ ਬਣਾਵਾਂਗੇ ਚਲੋ ਕੋਈ ਨਾ ਚੱਲਦੇ ਹਾਂ ਗੱਡੀ 'ਚ ਬਹਿੰਦੇ ਹਾਂ ਫਿਰ ਆਹ ਦੇਖੋ ਪਹਿਲਾਂ ਨੂੰ ਵੀ ਮਸਤੀ ਸੁੱਜ ਪਈ ਹੈ ਹੁਣ ਹੈ ਅਤੇ ਚਲੋ ਪਹਿਲਾਂ ਨੂੰ ਛੱਡਣ ਦੀ ਵਾਰੀ ਆ ਚੁੱਕੀ ਹੈ ਉਹੀ ਗੱਲ ਛੱਡਣਾ ਬੜਾ ਔਖਾ ਹੈ ਠੀਕ ਹੈ ਪਰ ਜੀ ਸਾਡੇ ਬਿਨਾਂ ਲੱਗਦੀ ਸੀ ਜਿਵੇਂ ਮੈਂ ਪਿਛਲੇ ਵਲੌਗ 'ਚ ਦੱਸਿਆ ਸੀ ਅਤੇ ਚਲੋ ਹੁਣ ਕੁਛ ਖਾਣ ਨਹੀਂ ਕਰਨ ਲੈ ਲੈਂਦੇ ਹਾਂ ਫਿਰ ਤੁਹਾਨੂੰ ਮਿਲਦੇ ਹਾਂ ਕਿਉਂਕਿ ਹਾਲੇ ਆਪਾਂ ਬ੍ਰੇਕਫਾਸਟ ਵੀ ਨਹੀਂ ਕੀਤਾ ਹੋਇਆ ਬ੍ਰੇਕਫਾਸਟ ਵੀ ਕਰਨਾ ਅੱਜ ਧੁੱਪ ਕਿੰਨੇ ਕੜਾਕੇ ਦੀ ਹੈ ਕਿਉਂਕਿ ਉੱਤੋਂ ਪ੍ਰੋਬਲਮ ਹੀ ਪੈ ਗਈ ਜਿੰਨੇ ਮੇਰੇ ਸ਼ੇਡ ਸੀਗੇ ਪਹਿਲਾਂ ਮੈਂ ਬੰਦ ਸੀ ਪਟਕਾ ਪਟਕਾ ਬੰਨਣ ਕਰਕੇ ਸਾਰੇ ਸ਼ੇਡ ਸੀਗੇ ਉਹ ਮੋਟੇ ਡੰਡੇ ਵਾਲੇ ਅਤੇ ਫਿਰ ਹੁਣ ਰੇਬਨ ਟਾਈਪ ਤਾਂ ਫਿਰ ਮੇਰੇ ਕੋਲ ਇੱਕ ਅੱਧਾ ਹੀ ਹੋਣਾ ਉਹਦੇ ਕਰਕੇ ਦਿੱਕਤਾਂ ਪੈ ਰਹੀ ਹੈ ਅਤੇ ਇਸ ਟਾਈਮ ਹੋ ਰਿਹਾ 11:30 ਅਤੇ ਬਸ ਨਿਕਲੇ ਹੋਏ ਹਾਂ ਅਤੇ ਬਾਕੀ ਤਾਂ ਜਿਹੜੇ ਮੇਰੇ ਵਲੌਗਸ ਪੰਜਾਬ ਜਿਹੜੇ ਪੰਜਾਬ 'ਚ ਰਹਿੰਦੇ ਹੀ ਆ ਉਹਨਾਂ ਨੂੰ ਤਾਂ ਪਤਾ ਹੀ ਆ ਪੰਜਾਬ ਸਾਡਾ ਹੈ ਕਿੰਨਾ ਸੋਹਣਾ ਅਤੇ ਜਿਹੜੇ ਬਾਹਰ ਬਹੁਤ ਸਾਰੇ ਮੇਰੇ ਵਿਊਅਰਸ ਨੇ ਜਿਹੜੇ ਬਾਹਰੋਂ ਦੇਖਦੇ ਨੇ ਤਾਂ ਤੁਸੀਂ ਵੀ ਦੇਖ ਰਹੇ ਹੋ ਤੁਹਾਨੂੰ ਕਲਿਪਸ ਮੈਂ ਪਾ ਦੀਆਂ ਹੋਈਆਂ ਅਤੇ ਤੁਹਾਨੂੰ ਵੀ ਅੱਛੀਆਂ ਲੱਗੀਆਂ ਹੋਣਗੀਆਂ ਅਤੇ ਆਪਾਂ ਇਸ ਟਾਈਮ ਰੋਪੜ ਪਹੁੰਚ ਚੁੱਕੇ ਹਾਂ ਅਤੇ ਰਸਤਾ ਬੜਾ ਘੈਂਟ ਜਿਹਾ ਚੱਲ ਰਿਹਾ ਅਤੇ ਬਸ ਚਲੋ ਅਤੇ ਹੁਣ ਦੇਖਦੇ ਹਾਂ ਪਹਿਲਾਂ ਬ੍ਰੇਕਫਾਸਟ ਕਿੱਥੇ ਕਰਨਾ ਪੈਟਰੋਲ ਸਭ ਫੁੱਲ ਹੈ ਆਹ ਪੀਲੇ ਪੀਲੇ ਇੱਕ ਤਾਂ ਸਰੋਂ ਦੇ ਫੁੱਲ ਇੰਨੇ ਸੋਹਣੇ ਲੱਗ ਰਹੇ ਹਾਂ ਤੋ ਇੰਨੀ ਸੋਹਣੀ ਫਸਲ ਲੱਗੀ ਹੋਈ ਹੈ ਮਤਲਬ ਖਿੜੀ ਖਿੜੀ ਫਸਲ ਜਿਹਨੂੰ ਦੇਖ ਕੇ ਨਾ ਖੁਸ਼ੀ ਹੁੰਦੀ ਹੈ ਅਤੇ ਫਲੋਰੋਸੈਂਟ ਜੀ ਅਤੇ ਮੈਂ ਵੀ ਕੱਪੜੇ ਉਵੇਂ ਦੀ ਪਾਏ ਹੋਏ ਨੇ ਅਤੇ ਮਤਲਬ ਬਹੁਤ ਮਜ਼ਾ ਆ ਰਿਹਾ ਦੇਖ ਕੇ ਅਤੇ ਨਿਕਲੇ ਹੋਏ ਆ ਹਾਂਜੀ ਅਤੇ ਹੁਣ ਹੋ ਰਿਹਾ ਸਾਡਾ ਡਰਾਈਵਰ ਚੇਂਜ ਡਰਾਈਵਰ ਪਾਪਾ ਵਾਪਿਸ ਇੱਧਰ ਪਿਛਲੇ ਵਲੌਗ ਤੁਸੀਂ ਦੇਖਿਆ ਹੀ ਹੋਣਾ ਮੰਮੀ ਨੂੰ ਮੰਮੀ ਨੇ ਤਾਂ ਮਿੰਟਾਂ ਸਕਿੰਟਾਂ 'ਚ ਗੱਡੀ ਪਹੁੰਚਾ ਦਿੱਤੀ ਸੀ ਅਤੇ ਹੈ ਮੰਮਾ ਵਾਪਿਸ ਆ ਰਿਹਾ ਮੰਮੀ ਦੀ ਹਲਕੀ ਜਿਹੀ ਤਬੀਅਤ ਵੈਸੇ ਢਿੱਲੀ ਸੀਗੀ ਪਰ ਫਿਰ ਵੀ ਮੰਮੀ ਕਹਿੰਦੇ ਮੰਮੀ ਗੱਡੀ ਚਲਾਉਣਗੇ ਕਿਉਂਕਿ ਮੰਮੀ ਸਾਡੇ ਡਰਾਈਵਰ ਪੂਰੇ ਘੈਂਟ ਹੈ ਅਤੇ ਲਓ ਜੀ ਹੋ ਚੁੱਕਿਆ ਚੇਂਜ ਫਾਈਨਲੀ ਹੈ ਪਾਪਾ ਅਤੇ ਹਾਂਜੀ ਚੱਲੀਏ ਮੰਮਾ ਫਿਰ ਹੁਣ ਮੰਮਾ ਗੱਡੀ ਚਲਾਉਣਗੇ ਹਾਂਜੀ ਅਤੇ ਤੁਹਾਨੂੰ ਦੱਸਦੀ ਮੰਮੀ ਅਤੇ ਮੇਰੀ ਤਬੀਅਤ ਥੋੜ੍ਹੀ ਜਿਹੀ ਢਿੱਲੀ ਸੀਗੀ ਦਵਾਈ ਦਵੂਈ ਆਪਾਂ ਲਈ ਹੋਈ ਆ ਫਿਰ ਵੀ ਐਨਰਜੀ ਮੇਰੇ 'ਚ ਪੂਰੀ ਹੈ ਕਿਉਂਕਿ ਕੱਲ੍ਹ ਹੋ ਗਿਆ ਸੀ ਹਲਕਾ ਜਿਹਾ ਫੀਵਰ ਅਤੇ ਕਿਉਂਕਿ ਇੱਕਦਮ ਜਿਵੇਂ ਮੌਸਮ ਚੇਂਜ ਹੋਇਆ ਸਕੂਲ ਤੋਂ ਆ ਕੇ ਬਸ ਤਾਰਿਆ ਕਿ ਚਲੋ ਕੋਈ ਨਾ ਦੂਜੇ ਕੱਪੜੇ ਪਾ ਲਏ ਵਾਰ ਵਾਰ ਹੁਣ ਮੈਂ ਤਾਰਤਾ ਇੰਨੀ ਦੇਰ 'ਚ ਠੰਡ ਫੜ ਲਿਆ ਪਰ ਚਲੋ ਕੋਈ ਨਾ ਹੁਣ ਤਾਂ ਪੂਰੇ ਘੈਂਟ ਆ ਆਪਾਂ ਬਟ ਉੱਤੇ ਫਿਰ ਹਲੇ ਆਪਾਂ ਕਿੱਥੇ ਆ ਗੱਡੀ ਹੈ ਪ੍ਰੋਪਰ ਲਹਿਰ ਦੀ ਜਾਂਦੀ ਹੈ ਮਜ਼ੇ ਹੀ ਆ ਜਾਂਦੇ ਬੰਦੇ ਅੱਜ ਤਾਂ ਇਸ ਟਾਈਮ ਭੁੱਖ ਇੰਨੀ ਜ਼ਿਆਦਾ ਲੱਗੀ ਹੈ ਮੰਮੀ ਨੇ ਤਾਂ ਸਿਰਫ ਸੁਣੇ ਕਿਹਾ ਸੀ ਕਿ ਦੁੱਧ ਪੀ ਲਓ ਰਸਤੇ 'ਚ ਦਿਖਾਂਗੇ ਅਤੇ ਉੱਤੋਂ ਇੰਨੀ ਸਪੀਡਾਂ 'ਚ ਗੱਡੀ ਚਲਾਈ ਆ ਉੱਤੋਂ ਟਿਕਟ ਟੁਕਟ ਦੇ ਸਾਰਿਆਂ ਦੇ ਪੈਸੇ ਪੂਰੇ ਲਿੱਤੇ ਹੈ ਖਾਣਾ ਹਲੇ ਵੀ ਨਹੀਂ ਖਵਾ ਰਹੇ ਕਿਤੇ ਤਾਂ ਰੁਕ ਦਿਓ ਹੈ ਜਵਾਬ ਵੀ ਨਹੀਂ ਦੇ ਰਹੇ
ਵਾਹ ਵੀ ਦੇਣਾ ਬੰਦ ਕਰਤਾ ਹੈ ਹਾਂ ਮੰਮੀ ਚਲੋ ਕੋਈ ਨਾ ਸਫ਼ਰ देखते हैं हम मम्मी जिथे गड्डी रोकते हैं मैं तो लगता ही नहीं कि मम्मी गड्डी रोकनी चलो कोई ना लंगर चखावांगे जाके दरबार साहब आए देखिया लंगर चखाण के सदा हले जेडे गरीब बैठे थे रगड़े पए थे 10 मिनट फैक्ट्री आ रहा है 10 मिनट बर्गर किंग आ रहा है 10 मिनट ए आ रहा है ए बड़ी बढ़िया चीज लगी मेनू हाईवे पे मतलब घैंट चीज है आ हुन इथे लिखा होया कि 2 मिनट मैकनी तो आ गया अगे आ देखो हाले वैलेंटाइन वीक चल रहा है तो मतलब हले भी चल रहा है तो कल परसों टैडी डे सीगा तो आ देखो टैडीज लगे पे है जिथे जाओ टैडीज रोजेज तुहानू ये चीज़ा दिख रही है रहनगियां पता नहीं बड़े दिन ने टैडी डे चॉकलेट डे वैलेंटाइन डे टैडी हर जगह टैडी मतलब रंग बिरंगे टैडीज पिछे खेत भी रंग बिरंगे उतो रंगड़ा पंजाब मेरा रंग एक चीज जरूर फील की जे रस्ता सोना हो मतलब लॉन्ग ड्राइव तो बंदा निकल जाए समा तो पल च निकल जाता है उतो तुम देख रहे हो तो होर मजा आ रहा है आ देखो जी बस चलते जा रहे मजा आ रहा उतो मम्मा पापा नाल ने तो मतलब होर भी इंजॉय हो रहे जो पसंद है वो कर रहे हैं इंजॉय करते जा रहे गाने सुनते जा रहे हैं एक एक बार लाते लाते जा रहे हैं तो मम्मी की ऐसी मिन्नता करन तो बाद फाइनली एवन ढाबा रुक चुके हैं तो इतने देखो दसांझ वाला उत्ते ही लग्या तो हम अंदर चलते हैं मैं तो यही सी परौंठे परूठे खाने भुख बाली लगी सी मम्मी ने बहुत मिनट कराई है पर रोक ही दिता क्योंकि अंदर जाने शहरी मान भी लगे ठीक है थले गिप्पी भाजी भी लगे हैं उत्तर सिमी चाह सुनम भाजी फोटो तो सारे नहीं लगे तो चलो परौंठे परूठे खाने कुछ आ चुके हैं बटर आ चुके हैं बटर ने देख के तुम्हें पता लग ही गया होगा कि आप खाने परौंठे मैं तो उही आलू प्याज वाला मम्मी ने खाना गोभी का ते पापा ने छोले भटूरे किए ने ते अज एक होर चीज़ हुई है अज साडे इंस्टा ते 80 के फॉलोअर्स पूरे हो गए हैं बस 20,000 फॉलोअर्स हो रह गए उस तो बाद सीधा 100 के फॉलोअर्स ते चलो फिर हाँ जी ते छोले भटूरे तो पहला आ चुके मैं तो फिर परांठे वाला बंदा सीगा पर छोले भटूरे देखने को बड़े टेंपटिंग जे लग रहे हैं एक चीज़ जी बेस्ट होंगी है बस हूँ नाल हरी चटनी है नाल प्याज आ चुके मिर्चा मार के ते नाल छोले तो हम परांठे भी आ चुके हैं इधर आलू का परांठा इतने मिक्स है तो थले गोभी हाँ जी तो रोटी वगैरह खा ली है इधर आप रुके सके मतलब परांठे तो पूरे घेंट हो रहे थे खा के मजा आ गया पेट पूरा भर चुके हैं नाले थोड़ी जी प्लानिंग भी सी कि पेट आप पूरा नहीं भरया क्योंकि आप अमृतसर जा रहे हैं कुछ खाइए ना उधर का बेस्ट तो फिर की फायदा जान का उतो मामू तो मामी तो उतो वेट कर रहे हैं तो मम्मा भी आ चुके हैं तो चलो हम गड्डी पहने दो तीन फोटो पहले बाहर खिंचते हैं फिर गड्डी बह के निकलते हैं अमृतसर वाल गिणती दे दिने ज्योंदे जगते अंत नूं तो तरक्की जी दी वैरी बनती तो लो जी मूसे बाई की फोटो एक होर जगह लगी हुई है दिल का नहीं माड़ा साडा सिद्धू मूसे वाला मतलब ये फेव है ये मूसा मैजिक कितने नहीं जाता मेरा फेवरेट दिल का नहीं माड़ा इवन कि मेरा की पूरे वर्ल्ड का फेवरेट सिद्धू मूसे वाला हाँ जी तो हम आप गुरु जी नगरी अमृतसर साहिब पहुँच चुके हैं तो इधर महाराजा रणजीत सिंह जी का स्टैचू है
ਤੇ ਐਂਟਰੀ ਕਰਨ ਦਾ ਟਾਈਮ ਹੈ ਗੱਡੀ ਲਗਾਉਂਦੇ ਹਾਂ ਪਾਰਕਿੰਗ 'ਚ ਅਤੇ ਸਟੈਚੂ ਵੈਸੇ ਬਹੁਤ ਸੋਹਣਾ ਲੱਗ ਰਿਹਾ ਪਿੱਛੇ ਰੈੱਡ ਕਲਰ ਦੀ ਬਿਲਡਿੰਗ ਹਾਂਜੀ ਪਾਰਕਿੰਗ ਲੱਭ ਤਾਂ ਗਈ ਪਰ ਪਾਰਕਿੰਗ ਦੇਖੋ ਤੁਸੀਂ ਬਾਹਲੀ ਔਖੀ ਲੱਗੀ ਹੈ ਜਗ੍ਹਾ ਦੇਖੋ ਕਿੰਨੀ ਕਰੇਗੀ ਅਤੇ ਬਸ ਦਰਵਾਜ਼ੇ ਦੀ ਜਗ੍ਹਾ ਛੱਡੀ ਹੈ ਅਤੇ ਚਲੋ ਕੋਈ ਗੱਲ ਨਹੀਂ ਗੱਡੀ ਲੱਗ ਗਈ ਕਿਉਂਕਿ ਇੱਥੇ ਤਾਂ ਗੱਡੀਆਂ ਭਰੀਆਂ ਹੀ ਪਈਆਂ ਹੈ ਅੱਜ ਸੰਡੇ ਇਸ ਕਰਕੇ ਲੋਕ ਦਰਸ਼ਨ ਕਰਨ ਦੇਖੋ ਕਿੰਨੇ ਲੋਕ ਆਏ ਹੋਏ ਨੇ ਅਤੇ ਚਲੋ ਹੁਣ ਚੱਲਦੇ ਸਟੇਜ ਇੱਥੇ ਸਟੇਜ ਹੈ ਥੱਲੇ ਉੱਤਰ ਕੇ ਫਿਰ ਸਿੱਧਾ ਰਸਤਾ ਸ਼ੁਰੂ ਗੋਲਡਨ ਟੈਂਪਲ ਵੱਲ ਦਾ ਜੀ ਸੰਡੇ ਕਰਕੇ ਰਸ਼ ਕੁਛ ਜ਼ਿਆਦਾ ਹੀ ਹੋਇਆ ਹੋਇਆ ਥੋੜ੍ਹੀ ਉੱਚੀ ਬੋਲਣਾ ਪੈਣਾ ਦੇਖੋ ਸੰਗਤ ਪੂਰੀ ਜ਼ੋਰਾਂ ਸ਼ੋਰਾਂ ਨਾਲ ਆਈ ਹੋਈ ਹੈ ਸਾਰੇ ਲੋਕ ਸੰਡੇ ਦਾ ਦੇਖ ਕੇ ਟਾਈਮ ਕੱਢ ਕੇ ਦਰਸ਼ਨ ਕਰਨ ਆਏ ਹੋਏ ਆ ਅਤੇ ਫਿਰ ਅੱਗੇ ਚੱਲਦੇ ਆ ਬਸ ਅੱਗੇ ਜਲਿਆਂਵਾਲਾ ਬਾਗ ਹੈ ਸਾਹਮਣੇ ਹੋ ਰਿਹਾ ਤੇ ਇਸ ਟਾਈਮ ਆਪਾਂ ਜਿਸ ਜਗ੍ਹਾ ਤੇ ਇਹਨੂੰ ਕਹਿੰਦੇ ਆ ਹੈਰੀਟੇਜ ਸਟਰੀਟ ਇੱਥੇ ਸਾਰੇ ਜਿਹੜੇ ਸਾਈਨ ਬੋਰਡਸ ਆ ਉਹ ਸੇਮ ਤਰ੍ਹਾਂ ਦੇ ਨੇ ਤੇ ਆ ਲਓ ਜੀ ਮਾਮੂ ਮਾਮੀ ਹੈਲੋ ਮਾਮੀ ਹੈਲੋ ਮਾਮੂ ਤੇ ਮਾਮੂ ਮਾਮੀ ਵੀ ਆ ਚੁੱਕੇ ਆ ਮਾਮੂ ਮਾਮੀ ਤਾਂ ਰਾਤ ਨੂੰ ਹੀ ਆ ਗਏ ਸੀ ਤੇ ਚਲੋ ਫਿਰ ਚੱਲੀਏ ਮਾਮੂ ਦਰਸ਼ਨ ਆਪਾਂ ਕਰਦੇ ਨੇ ਅਤੇ ਚਲੋ ਦੇਖੋ ਅਤੇ ਦਰਸ਼ਨ ਕਰਦੇ ਆ ਹਾਂਜੀ ਅਤੇ ਗੁਰਦੁਆਰੇ ਮੱਥਾ ਟੇਕ ਕੇ ਆ ਚੁੱਕੇ ਹਾਂ ਅੰਦਰ ਬਹੁਤ ਸੋਹਣੇ ਦਰਸ਼ਨ ਹੁੰਦੇ ਕਲਿੱਪ ਵਗੈਰਾ ਸਾਨੂੰ ਰਿਕਾਰਡ ਕਰਿਆ ਦੀ ਕੋਈ ਪ੍ਰੋਬਲਮ ਨਹੀਂ ਅਤੇ ਹੁਣ ਆਪਾਂ ਚੱਲਦੇ ਹਾਂ ਘਰ ਜਾਵਾਂਗੇ ਥੋੜ੍ਹੇ ਚੱਕਾਂਗੇ ਫਿਰ ਉਸ ਤੋਂ ਬਾਅਦ ਆਪਾਂ ਨਿਕਲ ਜਾਵਾਂਗੇ ਡੇਰਾ ਬਾਬਾ ਨਾਨਕ ਵਾਸਤੇ ਕਿਉਂਕਿ ਖਾਲਸਾ ਮਾਮੂਰ ਤਾਂ ਉੱਥੇ ਪਹੁੰਚ ਚੁੱਕੇ ਹੈ ਚਲੋ ਫਿਰ ਅੱਗੇ ਚੱਲਦੇ ਹਾਂ ਦਰਸ਼ਨ ਤਾਂ ਸੱਚੀ ਬਹੁਤ ਸੋਹਣੇ ਹੁੰਦੇ ਜੋੜਾ ਕਰਵਾ ਹਾਂਜੀ ਅਤੇ ਹੁਣ ਆਪਾਂ ਆ ਚੁੱਕੇ ਹਾਂ ਲੱਸੀ ਪੀਣ ਅਤੇ ਸਪੈਸ਼ਲ ਪੰਜਾਬੀ ਲੱਸੀ ਅਤੇ ਫਿਰ ਮੇਰੀ ਨਮਕੀਨ ਲੱਸੀ ਤਿਆਰ ਹੋ ਗਈ ਮੈਂ ਸ਼ੁਰੂ ਤੋਂ ਹੀ ਮੈਨੂੰ ਮਿੱਠਾ ਬਹੁਤ ਘੱਟ ਪਸੰਦ ਹੈ ਮੈਨੂੰ ਨਮਕੀਨ ਤਿੱਖਾ ਚੀਜ਼ਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਹੈ ਅਤੇ ਚਲੋ ਲੱਸੀ ਲੈਂਦੇ ਹਾਂ ਹਾਂਜੀ ਗੱਡੀ ਆਪਣੀ ਤਿਆਰ ਹੈ ਆਪਾਂ ਨਿਕਲ ਚੁੱਕੇ ਹਾਂ ਬਹਿ ਕੇ ਮਾਮਾ ਸੈਂਡਵਿਚ ਵਾਲੇ ਵੀ ਹਾਂਜੀ ਅਤੇ ਲੈਬੂ ਜਾ ਰਹੀ ਹੈ ਵਾਪਸ ਆਪਾਂ ਆ ਚੁੱਕੇ ਹਾਂ ਕਿਉਂਕਿ ਰਸਤਾ ਥੋੜ੍ਹਾ ਜਿਹਾ ਜ਼ਿਆਦਾ ਨਹੀਂ ਸੀਗਾ ਵੈਸੇ ਆਪਾਂ ਗੱਡੀ ਲੈ ਕੇ ਵੀ ਆ ਸਕਦੇ ਸੀ ਪਰ ਆਪਾਂ ਆਏ ਨਹੀਂ ਹੁਣ ਬਸ ਚੱਲਦੇ ਗੋਪੀ ਵੀਰਾ ਬੜੀ ਦੇਰ ਤੋਂ ਵੇਟ ਕਰ ਰਿਹਾ ਆਪਾਂ ਫੋਨ ਕਰ ਤੰਗ ਵੀ ਕੀਤਾ ਹੋਇਆ ਸਾਨੂੰ ਲੋਕੇਸ਼ਨ ਹਲਕੀ ਜੀ ਲੱਭ ਨਹੀਂ ਰਹੀ ਸੀ ਕਿਉਂਕਿ ਸਾਡਾ ਪਿਆਰਾ ਸ਼ਹਿਰ ਅੰਮ੍ਰਿਤਸਰ ਹੈ ਇੱਥੇ ਆਏ ਕੁਛ ਖਾਧਾ ਪੀਤਾ ਨਹੀਂ ਤਾਂ ਕੀ ਫਾਇਦਾ ਆਪਾਂ ਥੋੜ੍ਹੀ ਦੇਰ ਵਾਸਤੇ ਜਾਏ ਅੰਮ੍ਰਿਤਸਰ ਰੁਕਿਆ ਪਰ ਇੰਜੋਏ ਆਪਾਂ ਫਿਰ ਵੀ ਪੂਰਾ ਕਰਾਂਗੇ ਚਲੋ ਚੱਲਦੇ ਹਾਂ ਫਿਰ ਬਾਬਾ ਸੈਂਡਵਿਚ ਵਾਲੇ
हाँ जी ते बोर्ड आ चुके हैं पापा स्टैंड इतना मेरी को मेरे दी ते ओहो ते फाइनल कम पड़े ते फाइनल गोपी वीरे को पहुंच चुके हैं। मेरे बड़े टाइम टू वेट सी कि लास्ट ईयर भी आए मिल नहीं पाए पर हाँ जी भी वेट सी मेरा पाज जी ने की तो मान गई फाइनली आज आ गई। हाँ जी ते फिर आप आ चुके हैं हम मेरा बस तो आऊगा हूँ तुम वेखियो एक वधिया वधिया चीज़ा खाना बैठ। चलो जी खाने वास्ते समान तैयार करता है आपका तो बस बोलता है कि जो मेरा कहेगा वही खावा। हंगड़ के गोपी दे भी हो गए हैं हां जी मुबारक दिन बहुत बहुत मतलब बहुत टेस्टी है पर जेडे मोमोस सीगे वो तो ऑसम वो तो लाजवाब सीगे। मामू क्या नजर नहीं आते बहुत बढ़िया। बाकी गोभी वीरा तैयार कर रहे हैं हम समान। हाँ जी ते इधर वीरा कुछ नवा बना रहे हैं कुर्की बन रहे हैं वेज लेग पीस। अच्छा जी वेज लेग पीस मतलब वीरा नवी नवी डिशा बना रहे हो तो जरा ये सीगा ये तो बेस्ट सीगा ते हम वेज लेग पीस खाने तो दस दिया कि मेरे मम्मी क्या बोलता कि मेरा लग गया बहुत अच्छा लग गया मामी बहुत प्यार है। हां जी कुकिंग स्किल्स की क्लासेस कितने होती है। हां जी कुकिंग थोड़ी है मेरी इदा ही मैं होटल जो भी सीखा हूं। अच्छा नींबू वाली थाली है कि पुदीने वाली दो जी नींबू पै गए प्याज पै गए लेग पीस तैयार है। हाँ जी गोपी वीरे ने वेज लेग पीस तैयार करते हैं मतलब देख के खुश हो गए फर्स्ट टाइम सुने वेज लेग पीस ओए होए तो टेम्पटिंग है तैयार करके देते हैं। थैंक यू वीरे लो शको ते शुरू करते हैं फिर दस दे कि पापा ने बराबर शूट चल रहे हैं डबल डबल कैमरे से हैं डबल कैमरे न्यूट्री है न्यूट्री। हां जी प्योर न्यूट्री किन्नू कहते प्योर सोया गुड जबरदस्त भाई मजा आ गया शूट नहीं किया यार। हां जी ते आंटी गोपी वीरे से मम्मा मतलब आंटी भी बहुत अच्छे ने आंटी गोपी वीरे नाल मिलके थोड़ा देर टाइम स्पेंड करके बहुत बढ़िया लगा। धन्यवाद बेटा जी आपका बहुत बहुत अच्छा जी थैंक यू आंटी। जबरदस्त यार मैं सिर्फ हल्का सा सिरप ही पाया बाकी सारा गोभी वीर ने किया क्रेडिट मैनू मिले पर चलो कोई ना। हाँ जी तो ट्राई करके देख रहे कि मैं ना तो लास्ट टाइम तो बड़ा गर्म सीगा छेती आवांगे वीरे मतलब आप ज्यादा देर वास्ते नहीं मिले थोड़ी देर वास्ते मिले आधे घंटे। हाँ जी पर बहुत खुशी हुई मिलके जरूर मिला के ओके वीरे बाय मतलब वट कटते वीरे ने खाण पीन वाले तो चलो ओके वीरे छेती मिलते हैं उत्थे भी जरूर आयो सद के आयो ओके वीरे ओके वीरे थोड़ा साढ़े चैनल जी चलो। हाँ जी तो अज आप आए बाबा वीरे को गोपी वीरे को मतलब बड़ा मजा आ गया गोपी वीरे को आके गोपी वीरे ने पूरा खवाया पाया रजाया बड़े टाइम की भुख लगी थी। हाँ जी थैंक यू गोपी वीरे इन्ना प्यार दिता तुम्हें धन्यवाद जी लव यू वीरे तो हूँ छेती मिला के तुम भी जरूर आओ गोपी वीरे की शॉप से विजिट करो तो लव यू वीरे ओके वीरे। हाँ जी तो पांच पानी वाले गोलगप्पे खाना आ चुके हैं मम्मी की डिमांड से हैं है? बड़ा टेम्पटिंग लगे है पांच पानी वाले से मामू ने कहा अच्छे हो तो आप ट्राई करने हैं चलो हूँ फिर करते हैं ट्राई अंबाले वैसे किया सीधा अंबाले वाली ने फिर अमृतसर की क्यों
वापस लैम्बोज बह चुके हैं चलन की वारी है हूँ आप जा रहे हैं बाबा दीप सिंह जी के स्थान आवाज से आनू थोड़ी घट आ रही होनी तो चलो हूँ उत्थे चलते हैं तो फिर उधर के भी दर्शन करते क्योंकि हाँ जी तो आ चुके हैं बाबा दीप सिंह जी का स्थान हो रहा गुरुद्वारा तो अंकल बाहर बोलने का टाइम है तो अंकल जी जा रहे हैं तो बहुत अच्छा लगे अंकल ने बड़ी स्पीड मैम लड़ाई भावें बैटरी हल्की जी घट सी जहाज च हाँ जी ते गुरुद्वारा साहब के दर्शन हो चुके हैं देखो मतलब बहुत अच्छे दर्शन हो गए हाँ जी ते लिया टाइम है मामूली पार्किंग है इतने साड़ी पार्किंग है उत्ते आप उत्ते ही निकल जाएंगे ते चलो फिर हम गड्डी चलते हैं समान भी बड़ा हाँ जी ते अंदर रात दे नज़ारे देखो तुसी 0.5 किया हुआ पर कैमरे से पता नहीं की हो गया हल्का गंदा गंदा होया पाया पर जो भी है बहुत मज़ा आया सारे मिल के साढ़े को टाइम थोड़ा सी पर जो भी है बहुत अच्छे दर्शन हुए हाँ जी तो हूँ आप अमृतसर तो निकल चुके हैं मतलब अमृतसर तो मतलब घूम के बाबा जी के दर्शन करके हरिमंदर साहब के दर्शन होए फिर बाबा दीप सिंह जी के स्थान के दर्शन होए गोपी वीरे नु मिले मतलब बहुत मज़ा आया उन्होंने खवाया पियाया मतलब खुश हाँ हूँ मैं पूरा तो बहुत सच्ची बहुत मज़ा आया उतो मैनू मेरे बहुत सारे फैनस मिले मैनू चाहन वाले मिले मैनू प्यार करने वाले मतलब बहुत अच्छा लगे उन्होंने मिल के हूँ आप निकल चुके हैं डेरा बाबा नानक वास्ते डेरा बाबा नानक घंटे का रास्ता रह गया टाइम हो रहा है इस टाइम 10 बजन लगे ने ते निकले हुए हैं उतो मैंने कन्फर्म दिया टाइम क्योंकि घड़ी भी उस हाथ च है तो फोन भी उसी हाथ च है तो चलो फिर हूँ आप डेरा बाबा नानक वास्ते निकल चुके हैं सनी मामू की गड्डी पता नहीं कितने रह गई है चलो फिर हूँ तुहानू डेरा बाबा नानक जाके मिलते हैं फाउंडर साहब एक मिनट आज खालसा मामू थोड़ी इंट्रोडक्शन करानी बड़ी जरूरी है लाइट चाहो नहीं तो मामा मेरा बड़ा छेती नाराज हो जाता है मामू हूँ दसो आ गए कितनी देर हो गई वेट कर दिन 6 बजे पहुँच गए अच्छा आप ज़्यादा ही लेट हो गए चलिए फिर अंदर बिल्कुल चलना चाहिए खर्च खड़ा है चलो सफर का पता नहीं लगे मैं तो हम सो गया सवेरे सुता नहीं क्योंकि पग बनी हुई थी हाँ जी तो इस टाइम वैसे आप है कि डेरा बाबा नानक गुरुद्वारा रात को कुछ दिखता नहीं रहा होना पर वो वेखो बहुत वड्डा गुरुद्वारा तो रूम आप पहुँच चुके हैं गुरुद्वारे सत श्री अकाल हाँ जी ते डॉलर आ चुके हैं इधर फीस वास्ते बाकी उत्थे जाके होर एक्सचेंज करा लेंगे हाँ जी मामू फाउंडर साहब बोलो मामू हाँ जी ए डॉलर $20 मतलब हर एक बंदे दी फीस है हाँ करतारपुर साहब पाकिस्तान में देनी है पा हाँ जी $20 फिर उस तो बाद जाके आगे दोबारा एक्सचेंज करा लेंगे ठीक है ते की कर रहे हो वैसे हले चलो बाय बाय गुड नाइट ते चलो जी हुण ये वाले व्लॉग नूं बाय बाय कहने गुड नाइट सारे नूं हुण आपां जाणा मिलांगे सवेरे